ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਵਿੱਚ ਦੋਸਤੋ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਜੀਕੇ ਦੇ 20 MCQ ਜਿਹੜੇ ਕਿ ਪੰਜਾਬ ਵਿੱਚ ਹੋਣ ਜਾ ਰਹੇ ਸਾਰੇ ਪੇਪਰਾਂ ਦੀ ਤਿਆਰੀ ਦੇ ਲਈ ਬਹੁਤ ਹੀ ਮਹੱਤਵਪੂਰਨ ਹੋਣਗੇ ਸੋ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸਭ ਤੋਂ ਪਹਿਲਾ ਕਵੈਸਚਨ ਤੁਹਾਡੀ ਸਕਰੀਨ ਤੇ ਮਨੁੱਖੀ ਸਰੀਰ ਵਿੱਚ ਹੱਡੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ ਇਹ ਬਹੁਤ ਹੀ ਨਾਰਮਲ ਕਵੈਸਚਨ ਹੈ ਸਾਰਿਆਂ ਨੂੰ ਇਸ ਦਾ ਆਨਸਰ ਆਉਣਾ ਚਾਹੀਦਾ ਹੈ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਆਪਣਾ ਆਪਸ਼ਨ ਨੰਬਰ ਡੀ 206 ਹੱਡੀਆਂ ਹੁੰਦੀਆਂ ਹਨ ਨੈਕਸਟ ਚੱਲਦੇ ਹਾਂ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ ਦੋਸਤੋ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਜਿਗਰ ਜਿਗਰ ਜਿਹੜਾ ਹੁੰਦਾ ਹੈ ਉਹ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੁੰਦਾ ਹੈ ਨੈਕਸਟ ਚੱਲਦੇ ਹਾਂ ਮਨੁੱਖੀ ਸਰੀਰ ਵਿੱਚ ਸਭ ਤੋਂ ਛੋਟੀ ਹੱਡੀ ਕਿਹੜੀ ਹੈ ਦੋਸਤੋ ਕਿਹੜੀ ਹੁੰਦੀ ਹੈ ਇਸ ਦਾ ਆਨਸਰ ਹੈ ਜੀ অপਸ਼ਨ ਨੰਬਰ ਡੀ ਕੰਨ ਦੀ ਹੱਡੀ ਕੰਨ ਦੀ ਹੱਡੀ ਜਿਹੜੀ ਹੈ ਉਹ ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਹੱਡੀ ਹੁੰਦੀ ਹੈ ਨੈਕਸਟ ਚਲਦੇ ਹਾਂ ਆਮ ਮਨੁੱਖੀ ਦਿਲ ਇੱਕ ਮਿੰਟ ਵਿੱਚ ਕਿੰਨੀ ਵਾਰ ਟੜਕਦਾ ਹੈ ਦੋਸਤੋ ਇਸ ਦਾ ਆਨਸਰ ਤੁਹਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਬਹੁਤ ਹੀ ਆਸਾਨ ਸਵਾਲ ਹੈ ਇਸ ਦਾ ਸਹੀ ਆਨਸਰ ਹੋਵੇਗਾ ਜੀ অপਸ਼ਨ ਨੰਬਰ ਡੀ ਮਨੁੱਖ ਦਾ ਦਿਲ ਇੱਕ ਮਿੰਟ ਵਿੱਚ 70 ਤੋਂ 72 ਵਾਰ ਟੜਕਦਾ ਹੈ ਇਸੇ ਤਰ੍ਹਾਂ ਹੀ ਨੈਕਸਟ ਕੁਐਸਚਨ ਹੈ ਜੀ ਆਪਣਾ ਆਮ ਮਨੁੱਖੀ ਨਬਜ਼ ਪ੍ਰਤੀ ਮਿੰਟ ਕਿੰਨੀ ਵਾਰ ਚੱਲਦੀ ਹੈ ਦੋਸਤੋ ਇਸ ਦਾ ਵੀ ਸਹੀ ਅਨਸਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਇਸ ਦਾ ਸਹੀ ਅਨਸਰ ਹੈ ਆਪਸ਼ਨ ਨੰਬਰ ਏ 70 ਤੋਂ 72 ਵਾਰ ਆਮ ਮਨੁੱਖੀ ਨਬਜ਼ ਜਿਹੜੀ ਹੈ ਉਹ ਪ੍ਰਤੀ ਮਿੰਟ 70 ਤੋਂ 72 ਵਾਰ ਚੱਲਦੀ ਹੈ ਨੈਕਸਟ ਚੱਲਦੇ ਹਾਂ ਆਮ ਵਿਅਕਤੀ ਦੇ ਖੂਨ ਦਾ ਦਬਾਅ ਕਿੰਨਾ ਹੁੰਦਾ ਹੈ ਹਾਂਜੀ ਦੋਸਤੋ ਇਸ ਦਾ ਸਹੀ ਅਨਸਰ ਹੋਵੇਗਾ ਆਪਣਾ ਆਪਸ਼ਨ ਨੰਬਰ ਡੀ 120 80 ਨੈਕਸਟ ਚੱਲਦੇ ਹਾਂ ਨੀਂਦ ਵਿੱਚ ਮਨੁੱਖ ਦੇ ਖੂਨ ਦਾ ਦਬਾਅ ਕਿਸ ਤਰ੍ਹਾਂ ਹੁੰਦਾ ਹੈ ਦੋਸਤੋ ਇਸ ਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ ਸੀ ਨੀਂਦ ਵਿੱਚ ਜਿਹੜਾ ਮਨੁੱਖੀ ਸਰੀਰ ਦਾ ਖੂਨ ਦਾ ਦਬਾਅ ਹੈ ਉਹ ਵਾਧਦਾ ਘਟਦਾ ਰਹਿੰਦਾ ਹੈ ਨੈਕਸਟ ਚਲਦੇ ਹਾਂ ਸਿਰ ਨਾਲ ਸੰਬੰਧਿਤ ਹੱਡੀ ਕਿਹੜੀ ਹੈ ਦੋਸਤੋ ਇਸ ਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਡੀ ਸ਼ਕਲ ਜਿਸ ਨੂੰ ਕੇ ਖੋਪਰੀ ਵੀ ਕਿਹਾ ਜਾਂਦਾ ਹੈ ਨੈਕਸਟ ਚਲਦੇ ਹਾਂ ਮਨੁੱਖ ਦਾ ਖੂਨ ਕਿਸ ਚੀਜ਼ ਦੀ ਮੌਜੂਦਗੀ ਕਾਰਨ ਲਾਲ ਹੁੰਦਾ ਹੈ ਦੋਸਤੋ ਇਸ ਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ ਏ ਹਮੋਗਲੋਬਿਨ ਨੈਕਸਟ ਮਨੁੱਖੀ ਖਾਣੇ ਵਿੱਚ ਸਭ ਤੋਂ ਵੱਡਾ ਊਰਜਾ ਦਾ ਸਰੋਤ ਕੀ ਹੈ ਹਾਂਜੀ ਦੋਸਤੋ ਇਸ ਦਾ ਸਹੀ ਆਨਸਰ ਹੋਵੇਗਾ ਆਪਣਾ ਆਪਸ਼ਨ ਨੰਬਰ ਡੀ ਸਟਾਰਚ ਚੱਲਦੇ ਆਪਾਂ ਨੈਕਸਟ ਕੁਐਸਚਨ ਵੱਲ ਹਾਈਡਰੋਫੋਬੀਆ ਜੈਸ ਨੂੰ ਕੇ ਹਲਕਾ ਵੀ ਕਿਹਾ ਜਾਂਦਾ ਹੈ ਕਿੰਨਾ ਕਾਰਨ ਕਿਸੇ ਇਨਸਾਨ ਨੂੰ ਹੋ ਸਕਦਾ ਹੈ ਹਾਂਜੀ ਦੋਸਤੋ ਬਹੁਤ ਹੀ ਕਾਮਨ ਕੁਐਸਚਨ ਹੈ ਇਸ ਦਾ ਆਨਸਰ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਇੱਥੇ ਆਪਣਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ ਸੀ ਕੁੱਤੇ ਦੇ ਵੱਢਣ ਨਾਲ ਨੈਕਸਟ ਹੈ ਜੀ ਇਹਨਾਂ ਵਿੱਚੋਂ ਕਿਹੜਾ ਵਿਟਾਮਿਨ ਨਹੀਂ ਹੈ ਹਾਂਜੀ ਦੋਸਤੋ ਸਾਰਿਆਂ ਨੂੰ ਵਿਟਾਮਿਨ ਦੇ ਬਾਰੇ ਤਾਂ ਪਤਾ ਹੀ ਹੈ ਕਿ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇੱਥੇ ਆਪਣਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ ਏ ਔਰ ਜਿਹੜਾ ਹੈ ਇਹ ਵਿਟਾਮਿਨ ਨਹੀਂ ਹੈ ਨੈਕਸਟ ਹੈ ਜੀ ਲੋਹੇ ਦੀ ਕਮੀ ਕਾਰਨ ਕਿਹੜਾ ਰੋਗ ਹੁੰਦਾ ਹੈ ਹਾਂਜੀ ਦੋਸਤੋ ਇਸ ਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ ਏ ਅਨੀਮੀਆ ਲੋਹੇ ਦੀ ਕਮੀ ਦੇ ਕਾਰਨ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਨੈਕਸਟ ਚੱਲਦੇ ਹਾਂ ਖੁਰਾਕ ਵਿੱਚ ਆਇਓਡੀਨ ਦੀ ਕਮੀ ਨਾਲ ਕੀ ਹੁੰਦਾ ਹੈ ਦੋਸਤੋ ਸਭ ਨੂੰ ਇਸ ਦਾ ਆਨਸਰ ਆਉਣਾ ਚਾਹੀਦਾ ਹੈ ਕਿ ਆਇਓਡੀਨ ਦੀ ਕਮੀ ਦੇ ਨਾਲ ਗਿੱਲੜ ਰੋਗ ਹੋ ਜਾਂਦਾ ਹੈ ਇਸ ਲਈ ਆਪਣਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ A ਨੈਕਸਟ ਚਲਦੇ ਹਾਂ ਕਿਹੜਾ ਵਿਟਾਮਿਨ C ਦਾ ਸਰੋਤ ਨਹੀਂ ਹੈ ਹਾਂਜੀ ਦੋਸਤੋ ਇਸ ਦਾ ਸਹੀ ਆਨਸਰ ਹੋਵੇਗਾ ਆਪਣਾ ਆਪਸ਼ਨ ਨੰਬਰ B ਮੱਛੀ ਨੈਕਸਟ ਚਲਦੇ ਹਾਂ ਵਿਟਾਮਿਨ D ਸਭ ਤੋਂ ਵੱਧ ਕਿਸ ਵਿੱਚ ਪਾਇਆ ਜਾਂਦਾ ਹੈ ਇਸ ਦਾ ਆਪਣਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ D ਅੰਡਿਆਂ ਵਿੱਚ ਨੈਕਸਟ ਚਲਦੇ ਹਾਂ ਜੀ ਵਿਟਾਮਿਨ A ਦੀ ਘਾਟ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ? ਹਾਂਜੀ ਦੋਸਤੋ ਇਸ ਦਾ ਆਪਣਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ A ਅੰਧਰਾਤਾ ਰੋਗ ਨੈਕਸਟ ਹੈ ਜੀ ਵਿਟਾਮਿਨ A ਕਿਸ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ? ਹਾਂਜੀ ਦੋਸਤੋ ਆਪਣਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ B ਗਾਜਰ ਵਿੱਚ ਨੈਕਸਟ ਚਲਦੇ ਹਾਂ ਜੀ ਸੂਰਜ ਦੀ ਰੋਸ਼ਨੀ ਤੋਂ ਸਾਨੂੰ ਕਿਹੜਾ ਵਿਟਾਮਿਨ ਮਿਲਦਾ ਹੈ? ਹਾਂਜੀ ਦੋਸਤੋ ਇਸ ਦਾ ਆਪਣਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ A ਵਰਟਾਈਮਨ D ਨੈਕਸਟ ਚਲਦੇ ਹਾਂ ਪੋਜਨ ਊਰਜਾ ਕਿਸ ਵਿੱਚ ਨਾਪੀ ਜਾਂਦੀ ਹੈ ਹਾਂਜੀ ਦੋਸਤੋ ਇਸ ਦਾ ਆਪਣਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ C ਕੈਲੋਰੀ ਵਿੱਚ ਦੋਸਤੋ ਨੈਕਸਟ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ